ਕਾਲ ਠੀਕ ਆ ਖਰੀਦ ਸਲਾਮ ਅਲੈਕਮ ਉਹ ਕਿਹੜਾ ਕੀੜਾ ਹੈ ਜਿਹਦੀ ਅਸੀਂ ਖੁਰਾਕ ਚੋਰੀ ਕਰਕੇ ਖਾ ਜਾਂਦੇ ਆ ਪੱਟੀ ਆ ਗਿਆ ਜੀ ਥੈਂਕ ਯੂ ਜਨਾਬ ਸ਼ੁਕਰੀਆ ਸ਼ਾਹ ਜੀ ਹੱਸਦੇ ਰਹੋ ਤੇ ਵਸਦੇ ਰਹੋ ਰੌਣਕ ਹੋ ਜਾਉ ਕਟਵੇ ਚਲ ਮੇਲੇ ਨੂੰ ਚਲੀਏ ਵਾਹ ਰੇ ਵਾਹ ਕੀ ਬਾਤ ਹੈ ਵਾਹ ਵੇਰਾ ਹਾਂਜੀ ਜੀ ਜਿਹੜੀ ਇਹਨੂੰ ਸਸਤੀ ਹੈ ਅੱਛਾ ਫਰੂਟ ਮਹਿੰਗਾ ਹੈ ਅੱਛਾ ਪੱਟੀ ਫਸਾ ਲਿਆ ਨਾ ਕੋਈ ਸ਼ੱਕ ਨਹੀਂ ਬੱਡੀ ਸਾਹਿਬ ਹੋ ਜੀ अच्छा जी नहीं सर जी पट्टी आ गया जी पट्टी अपनी तबीयत का कुछ होर एक करदा बड़ा शोर जांदा है डोर टू डोर दुनिया बड़ी गोल अंदरों कुछ ते बाहरों कुछ होर आओ जनाब असी हुण आए हां सस्ते बाजार और सस्ते बाजार जावांगे ही डोर टू डोर और जाके सारे लोगों को पुछांगे के पट्टी नाल किस किस बंदे ने मुनासिब रेट ते चंगे रेट ते कस्टमर नू किस तरह डील करदे ने तुसी आओ मेरे नाल मैं हुण चलना सस्ते बाजार जाके ते पट्टी सारे कोल सवाल ते जवाब करेगा तुहानू पता है कि पट्टी सवाल जवाब च फसा लैंदा है अस्सलाम वालेकुम की हाल है जनाब ठीक हो खरीयत है से ठीक है की नाम है तुहाडा दानिश अली सुनाओ तुसी बाजार च हो के आए हो मैनू ये दसो कि खरीद और फरोखत किस तरह की हुई है महंगाई महसूस हो रही है कि यार सस्ते बाजार च वाकई सस्तियां चीज़ा ने नहीं नहीं सस्तियां ने सब्जी सस्ती है अच्छा जी फ्रूट महंगा है बाकी जो सुखा राशन जिस तरह घी उस अलावा आटा हाँ। चीनी दाल हाँ। ये माड़ा बंदा ले ही नहीं सकता अच्छा 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 वालेकुम सलाम वो बल्ले वो हीरो मेरे हीरो ओ मेरे हीरो मेनू फड़ाओ इधर आओ तुम मेरे ना गल करो जरा इधर आ जाओ हां जी अच्छा माशाल्लाह हां जी ते की ना है तुम्हारा मोहम्मद रहीम ते मेरे ना ऐनक नहीं मिटांदे यार हैं पट्टी नाल मारचा नहीं करदे ऐनक दा क्यों नहीं करदे हैं की ना है तुम्हारा मोहम्मद अबू बकर माशाल्लाह मोहम्मद तुम्हारा की ना है मोहम्मद इब्राहिम अच्छा कोई नज़म ते सुनाओ यार कोई पोएम आंदी है पोएम सुनाओ सुना दो ट्विंकल ट्विंकल सुना दो जिसे हंसना नहीं है हाउ आर वंडर व्हाट यू आर अप अबाउट द व्हाट यू हाई लाइक अ डायमंड लाइक अ डायमंड वेरी गुड वाह भाई वाह ये तो यार बहुत अच्छा है माशाल्लाह वो तीसरे ही राउंड में आके हूं तो ना है आपका क्या नाम है हैं ए पापा ने कुल्फियां लेके दीतियां ने गंडेरियां लेके दीतियां ना तो गंडेरियां भी बढ़िया अच्छीयां ने पुत्र हैं मजा नहीं आया गंडेरियां दा हैं चलो एक बारी को पट्टिया आ गया जी ਉੱਚਾ ਕਰਕੇ ਐਸੀ ਤਰ੍ਹਾਂ ਪੱਟੀ ਆ ਗਿਆ ਜੀ ਪੱਟੀ ਆ ਗਿਆ ਜੀ ਵੈਰੀ ਗੁੱਡ ਜੀ ਹੁੰਦੇ ਰਹਿਣਾ ਕੱਲ ਇੱਕ ਡਰਾਮਾ ਵੇਖ ਰਿਹਾ ਸੀ ਪੱਟੀ ਸਾਹਿਬ ਪੁਰਾਣਾ ਡਰਾਮਾ ਅੱਛਾ ਉਹਦੇ ਵਿੱਚ ਨਾ ਉਹ ਜਿਹੜਾ ਐਕਟਿੰਗ ਕਰ ਰਿਹਾ ਸੀ ਨਾ ਡਰਾਮੇ ਦੇ ਵਿੱਚ ਉਹਨੇ ਕਿਹਾ ਜੀ ਮਹਿੰਗਾਈ ਬੜੀ ਹੋ ਗਈ ਹੋਟਲ ਚਲਾ ਰਿਹਾ ਸੀ ਅੱਛਾ ਉਹਨੇ ਕਿਹਾ ਦੁੱਧ ਕਿਸ ਤਰ੍ਹਾਂ ਹੋ ਗਿਆ ਉਹਨੇ ਕਿਹਾ ਜੀ 1.5 ਰੁਪਏ ਕਿਲੋ ਅੱਛਾ ਉਹਨੇ ਕਿਹਾ ਓਏ ਹੋਏ 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 ਮਰ ਗਏ 1.5 ਰੁਪਏ ਕਿਲੋ ਆਹ ਇਹ ਅੱਜ ਤੋਂ ਤਕਰੀਬਨ 30-35 ਸਾਲ ਪਹਿਲ ਦੀ ਗੱਲ ਹੈ ਆ ਬਸ ਇਹ ਤੇ ਇਹ ਸਿਆਪਾ ਚੱਲਦਾ ਰਹਿਣਾ ਭਾਈ ਠੀਕ ਹੈ ਤੇ ਅੱਜ ਦੁੱਧ 120 ਰੁਪਏ ਕਿਲੋ ਤੇ ਅੱਜ ਵੀ ਅਸੀਂ ਉਹੀ ਕਹਿੰਨੇ ਆ ਓਹੋ ਮਰ ਗਿਆ ਦੁੱਧ 120 ਰੁਪਏ ਕਿਲੋ ਬਿਲਕੁਲ ਆਪਣੀਆਂ ਆਮਦਨਾਂ ਜਿਹੜੀਆਂ ਨੇ ਉਹਨਾਂ ਦਾ ਅਸੀਂ ਵੇਖਦੇ ਹੀ ਨਹੀਂ ਅਸਲ 'ਚ ਪਤਾ ਕਿ ਜਿਸ ਬੰਦੇ ਨੇ ਆਪਣਾ ਬਜਟ ਨੂੰ ਕੰਟਰੋਲ ਕਰ ਲਿਆ ਨਾ ਹਾਂਜੀ ਉਹ ਬੰਦਾ ਜਿਹੜਾ ਨਾ ਉਹਨੇ ਕਾਫੀ ਸੁੱਖ ਦਾ ਸਾਹ ਲਿਆ ਤੇ ਜਿਹੜਾ ਬੰਦਾ 15 ਤਰੀਕ ਤੋਂ ਪਹਿਲਾਂ ਬੱਚੇ ਨੇ ਮੇਰੇ ਹਾਂਜੀ ਤੇ ਸੈਲਰੀ ਮੇਰੀ ਬਣਦੀ ਹੈ ਕੋਈ ਤਕਰੀਬਨ 35000 ਰੁਪਈਆ ਅੱਛਾ ਅੱਛਾ ਮੈਂ ਬੜੀ ਸੋਹਣੀ ਜ਼ਿੰਦਗੀ گزار ਰਿਹਾ ਵਾਹ ਭਾਈ ਮੈਂ ਨਹੀਂ ਰੋ ਰਿਹਾ ਕੀ ਬਾਤ ਹੈ ਮੈਂ ਖੁਸ਼ ਹਾਂ ਵਾਹ ਭਾਈ ਵਾਹ 35000 ਚ ਮੈਂ ਖੁਸ਼ ਹਾਂ ਬਹੁਤ ਆਲਾ ਜੀ ਮਾਸ਼ਾਅੱਲਾ ਹੈ ਅੱਲਾਹ ਪਾਕ
ਜ਼ਿੰਦਗੀ ਦੇ ਸਿਹਤ ਦੇ ਬਹੁਤ ਅੱਛਾ ਜੀ। ਲਓ ਜੀ ਲਾਲਾ ਜੀ ਕੀ ਹਾਲ ਹੈ ਤੁਹਾਡਾ? ਠੀਕ ਹੋ ਖਰੀਏ ਦੇ? ਤੁਸੀਂ ਵੀ ਸ਼ਾਪਿੰਗ ਕਰਨ ਆਏ ਹੋ ਇੱਥੇ ਤੇ ਤੁਸੀਂ ਦੱਸੋ ਕਿ ਮਾਸ਼ਾਅੱਲਾ ਇੱਥੇ ਕੋਈ ਮੁਨਾਸਬ ਮਿਲ ਰਹੀਆਂ ਚੀਜ਼ਾਂ ਜਾਂ ਕਿ ਮਹਿੰਗੀਆਂ ਨਾ ਅੱਗ ਲੱਗੀ? ਦੇਖੋ ਜੀ ਬਹੁਤ ਚੀਜ਼ਾਂ ਤਾਂ ਐਸੀਆਂ ਨੇ ਕਿ ਜਿਹਨਾਂ ਨੂੰ ਵਾਕਈ ਅੱਗ ਲੱਗੀ ਦੀ ਹੈ। ਬਾਅਦ ਰੂਟੀਨ ਵਰਕ ਐਸੀ ਹੈ ਕਿ ਜਿਹੜੀ ਮੌਸਮ ਦੇ ਹਿਸਾਬ ਨਾਲ ਉਹਨਾਂ ਦਾ ਰੇਟ ਕੰਮ ਹੋਇਆ ਦੇ ਅੱਛਾ ਉਹਨਾਂ ਦਾ ਤਕਰੀਬਨ ਜਿਸ ਤਰ੍ਹਾਂ ਇੱਥੇ ਬਾਜ਼ਾਰ ਦੇ ਨਾਲ ਮੰਡੀ ਵਿੱਚ ਵੀ ਜਿਹੜਾ ਨਾ ਕੰਮ ਰੇਟ ਹੈ। ਹਾਂ ਹਾਂ ਬਿਲਕੁਲ, ਮੰਡੀ ਦਾ ਰੇਟ ਫਿਰ ਜ਼ਿਆਦਾ ਹੋਵੇ ਇੱਥੇ ਦਾ ਕੰਮ ਹੈ, ਇੱਥੇ ਦਾ ਕੰਮ ਹੈ, ਇੱਥੇ ਦਾ ਕੰਮ ਹੈ। ਬਾਅਦ ਐਸੀਆਂ ਚੀਜ਼ਾਂ ਨੇ ਕਿ ਜਿਹਨਾਂ ਦਾ ਰੇਟ ਬਹੁਤ ਜ਼ਿਆਦਾ ਹੈ, ਮਾਰਕੀਟ ਕੋਲੋਂ ਵੀ ਬਹੁਤ ਜ਼ਿਆਦਾ ਰੇਟ ਹੁੰਦਾ। ਅੱਛਾ 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 ਜੀ। ਲਓ ਜੀ ਇਹ ਮੰਡੀ ਨਾਂ ਕੀ ਤੁਹਾਡਾ? ਮੇਰਾ ਨਾਮ ਜ਼ਾਹਿਦ ਸ਼ਾਹ ਜੀ। ਜ਼ਾਹਿਦ ਸ਼ਾਹ ਜੀ ਉਹਨਾਂ ਨਾਲ ਗੱਲ ਹੋਈ ਹੈ, ਉਹਨਾਂ ਕਿਹਾ ਕਿ ਮੰਡੀ ਦਾ ਰੇਟ ਵਾਕਈ ਬਹੁਤ ਮੁਨਾਸਬ ਹੈ ਰੇਟ ਇੱਥੇ। ਦੂਸਰੀ ਜਿਹੜੀ ਸਬਜ਼ ਮੰਡੀ ਨਾਲੋਂ ਵੀ ਇੱਥੇ ਬਾਜ਼ਾਰ ਜਿਹੜਾ ਸਸਤਾ ਹੈ। ਤੇ ਸ਼ਾਹ ਜੀ ਕੋਈ ਸ਼ੇਰ ਸੁਣਾਓਗੇ? ਸ਼ੇਰ ਮੰਨੀ ਗਾਣਾ ਕੋਈ ਨਹੀਂ। ਚਲੋ ਸ਼ੌਕ ਹੈ ਜੀ। ਚਲੋ ਇੱਕ ਸਵਾਲ ਕਰਨਾ ਤੁਹਾਡੇ ਨਾਲ, ਦੱਸੋ ਉਹ ਕਿਹੜਾ ਕੀੜਾ ਹੈ ਜਿਹਦੀ ਖੁਰਾਕ ਅਸੀਂ ਖੋ ਕੇ ਦਿਖਾ ਜਾਂਦੇ ਹਾਂ? ਪੱਟੀ ਫਸਾ ਲਿਆ, ਪੱਟੀ ਫਸਾ ਲਿਆ। ਹਾਂਜੀ ਚਲੋ ਫਿਰ ਮੈਂ ਤੁਹਾਨੂੰ ਜਵਾਬ ਦਾਂਗਾ ਆਪਣੇ ਚੈਨਲ ਤੇ। ਇੱਕ ਵਾਰੀ ਕਹਿ ਦਿਓ ਪੱਟੀ ਆ ਗਿਆ ਜੀ, ਪੱਟੀ ਆ ਗਿਆ ਜੀ। ਇੱਕ ਵਾਰ ਫੇਰ ਕਹੋ ਜੀ, ਪੱਟੀ ਆ ਗਿਆ ਜੀ। ਥੈਂਕ ਯੂ ਜਨਾਬ, ਸ਼ੁਕਰੀਆ ਸ਼ਾਹ ਜੀ, ਹੱਸਦੇ ਰਹੋ ਤੇ ਵੱਸਦੇ ਰਹੋ। ਉਹ ਜਨਾਬ ਮੈਂ ਆਪਣੇ ਚੈਨਲ ਤੇ ਦੱਸਾਂਗਾ। ਅਸੀਂ ਜਨਾਬ ਮੰਡੀ ਚੱਲਦੇ ਹਾਂ, ਜਾ ਕੇ ਬਾਜ਼ਾਰ ਚੱਲਦੇ ਹਾਂ, ਬਾਜ਼ਾਰ ਕੋਲ ਜਾ ਕੇ ਇੱਕ ਇੱਕ ਚੀਜ਼ ਦਾ ਰੇਟ ਲੈ ਕੇ ਤੁਹਾਨੂੰ ਦੱਸਦੇ ਹਾਂ। ਸ਼ੁਕਰੀਆ, ਮੈਂ ਗਿਆ ਪੱਟੀ ਬਾਜ਼ਾਰ। ਕੀ ਹਾਲ ਹੈ ਜਨਾਬ? ਠੀਕ ਹੋ ਖਰੀਏ ਤੇ? ਕੀ ਨਾਂ ਹੈ ਤੁਹਾਡਾ? ਜ਼ਹੀਰ ਅਬਾਸ ਜੀ। ਜ਼ਹੀਰ ਅਬਾਸ ਭਾਈ, ਮੈਨੂੰ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਬਾਜ਼ਾਰ 'ਚ ਸ਼ਾਪਿੰਗ ਕਰਨ ਆਏ ਹੋ, ਯਕੀਨਨ ਕੈਸਾ ਲੱਗ ਰਿਹਾ? ਦੇਖੋ ਜੀ, ਇਹ ਇੱਕ ਨਾ ਸਿਰਫ ਬਾਜ਼ਾਰ ਦਾ ਬਾਜ਼ਾਰ ਹੈ ਬਲਕਿ ਇੱਕ ਇੰਟਰਟੇਨਮੈਂਟ ਵੀ ਹੈ। ਤੁਹਾਨੂੰ ਪਤਾ ਹੈ ਕਾਨਸਰਟਸ ਤੇ ਪਾਬੰਦੀ, ਸਿਨੇਮਾ ਤੇ ਪਾਬੰਦੀ, ਹਰ ਚੀਜ਼ ਤੇ ਬੈਨ ਹੈ। ਹਾਂਜੀ, ਤੇ ਲੋਕ ਇੱਥੇ ਨਾ ਸਿਰਫ ਆਪਣੀ ਜ਼ਰੂਰੀਅਤ ਤੇ ਜ਼ਿੰਦਗੀ ਵੀ ਲੈਂਦੇ ਨੇ, ਔਰ ਉਹਦੇ ਨਾਲ ਨਾਲ ਇੱਕ ਉਹਨਾਂ ਨੂੰ ਇੱਕ ਫੂਡ ਸਟ੍ਰੀਟ ਦੀ ਵਜ੍ਹਾ ਨਾਲ ਖਾਣ ਪੀਣ ਦੀ ਅਪਰਚੁਨਿਟੀ ਵੀ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਇੱਥੇ ਪ੍ਰੋਡਕਟ ਹਰ ਰੇਂਜ ਦੀ ਪ੍ਰੋਡਕਟ ਅਵੇਲੇਬਲ ਹੈ, ਮਤਲਬ ਆਮ ਆਦਮੀ। ਤੇ ਇਹ ਬੇਟਾ? ਜੀ ਜੀ, ਆ ਮੇਰਾ ਸਾਹਿਬ ਜ਼ਿਆਦਾ। ਬੇਟਾ ਕਿੱਧਰ ਆਏ ਹੋ? ਬਾਜ਼ਾਰ। ਪਾਪਾ ਨੇ ਕੋਈ ਆਈਸਕ੍ਰੀਮ ਲੈ ਕੇ ਦਿੱਤੀ ਹੈ? ਬਸ ਇਹ ਪਾਪਾ ਗੱਲ ਕਰ ਲੈਂਦਾ। ਕਿਉਂ ਪੁੱਤਰ, ਪਾਪਾ ਨੇ ਕੋਈ ਆਈਸਕ੍ਰੀਮ ਲੈ ਕੇ ਦਿੱਤੀ ਹੈ? ਨਹੀਂ। ਇੱਕ ਜੂਸ ਦੇ ਨਾ। ਆਵਾਜ਼ ਤਾਂ ਕੱਢ। ਹਾਂਜੀ, ਫੜਿਆ ਗਿਆ ਵਾਲਾ ਜਨਾਬ ਪੱਟੀ ਨੇ, ਵੇਖੋ ਕਿੱਥੋਂ ਗੱਲ ਕੱਢ ਲਈ ਹੈ। ਅੱਛਾ ਅੱਛਾ ਪੁੱਤਰ, ਬਹੁਤ ਅੱਛਾ। ਬਸ ਪਾਪਾ ਜਿਹੜਾ ਨਾ, ਪਾਪਾ ਤੈਨੂੰ ਆਈਸਕ੍ਰੀਮ ਹੀ ਲੈ ਕੇ ਦੇਣਦੇ, ਤੇਰੇ ਵਾਸਤੇ ਸਭ ਕੁਛ ਕਰ ਰਹੇ ਨੇ, ਤੂੰ ਉਹਨਾਂ ਦੀ ਕਾਇਨਾਤ ਹੈ ਨਾ, ਹੈ। ਹਾਂ ਬਿਲਕੁਲ, ਹੱਸਦੇ ਰਹੋ ਤੇ ਵੱਸਦੇ ਰਹੋ ਜਨਾਬ। ਇੱਕ ਵਾਰੀ ਕਹਿ ਦਿਓ, ਇੱਕ ਵਾਰੀ ਕਹਿ ਦਿਓ। ਹਾਂਜੀ, ਕੀ ਹਾਲ ਹੈ ਬਾਜੀ? ਠੀਕ ਹੋ ਖਰੀਏ ਤੇ? ਮੈਂ ਕਿਹਾ ਪੱਟੀ ਸਾਹਿਬ ਦੀ ਪਗੜੀ ਦੇਖ ਕੇ ਗਾਣਾ ਸੁਣਾ ਦਿਓ ਇਹਨਾਂ ਨੂੰ, ਜਿਹੜਾ ਤੁਸੀਂ ਅਸਲ ਮਾਮੂ ਦੀ ਸ਼ਾਦੀ ਜਿੱਤੇ ਡਾਂਸ ਕੀਤਾ ਸੀ। ਹਾਂ ਬਿਲਕੁਲ, ਸੁਣਾ ਦਿਓ ਜੀ, ਸੁਣਾ ਦਿਓ, ਬਹੁਤ ਅੱਛਾ ਹੋ ਜਾਏਗਾ, ਰੌਣਕ ਹੋ ਜਾਊ। ਰੌਣਕ ਹੋ ਜਾਊ ਕਟਵੇ ਚੱਲ ਮੇਲੇ ਨੂੰ ਚਲੀਏ। ਵਾਹ ਰੇ ਵਾਹ, ਕਿਆ ਬਾਤ ਹੈ, ਵਾਹ ਮੇਰਾ। ਰੌਣਕ ਹੋ ਜਾਊ ਕਟਵੇ ਚੱਲ ਮੇਲੇ ਨੂੰ ਚਲੀਏ। ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਭਾਈ ਵਾਹ, ਬਹੁਤ ਅੱਛਾ ਜੀ। ਮਾਸ਼ਾਅੱਲਾ ਜ਼ਿੰਦਾ ਦਿਲ ਲੋਕ ਹੋ ਤੁਸੀਂ, ਹੱਸਦੇ ਰਹੋ ਤੇ ਵੱਸਦੇ ਰਹੋ। ਇੱਕ ਵਾਰੀ ਕਹਿ ਦਿਓ ਪੱਟੀ ਆ ਗਿਆ ਜੀ, ਪੱਟੀ ਆ ਗਿਆ ਜੀ। ਬੇਟਾ ਕਹਿ ਦਿਓ ਪੱਟੀ ਆ ਗਿਆ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ। ਥੈਂਕ ਯੂ, ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਪੱਟੀ ਇਸ ਟਾਈਮ ਜਾ ਰਿਹਾ ਹੈ ਇਹਦੇ ਗਾਰਮੈਂਟਸ 'ਤੇ, ਔਰ ਲੱਗਦਾ ਹੈ ਕਿ ਇੱਥੇ ਮਾਸ਼ਾਅੱਲਾ ਬੜਾ ਅੱਛਾ, ਬੜਾ ਮਿਆਰੀ ਚੀਜ਼ਾਂ ਨੇ, ਇਸ ਵਾਸਤੇ ਰਸ਼ ਹੈ ਸਾਰਾ। ਔਰ ਪੱਟੀ ਨੇ ਵੇਖਿਆ ਕਿ ਸਾਰੀ ਮਾਰਕੀਟ ਦੇ ਵਿੱਚ ਬੜਾ ਮੁਨਾਸਬ ਰੇਟ 'ਤੇ ਚੀਜ਼ਾਂ ਵੇਖਦੀਆਂ ਪਈਆਂ, ਅਤੇ ਅਸੀਂ ਹੁਣ ਥੋੜ੍ਹੀ ਦੇਰ ਤੱਕ ਜਾਵਾਂਗੇ। ਲੱਗਦਾ ਇਹਨਾਂ 250 ਦੇ ਹਿਸਾਬ ਨਾਲ ਬੜੀ ਮੁਨਾਸਬ ਸੇਲ ਲਾਈ ਹੈ। ਅਸਲਾਮ ਵਾਲੇਕੁਮ ਜਨਾਬ, ਬੜੀ ਮਿਹਰਬਾਨੀ ਜਨਾਬ, ਕੀ ਹਾਲ? ਠੀਕ ਹੋ ਖਰੀਏ ਤੇ? ਹੱਸਦੇ ਰਹੋ ਅਤੇ ਵੱਸਦੇ ਰਹੋ। ਕੀ ਹਾਲ? ਠੀਕ ਹੋ ਖਰੀਏ? ਅਸੀਂ ਜਨਾਬ ਪੱਟੀ ਆ ਗਿਆ ਜੇ, ਪ੍ਰੋਗਰਾਮ ਲੈ ਕੇ ਆਏ ਹਾਂ। ਕੀ ਨਾਂ ਤੁਹਾਡਾ? ਬਹੁਤ ਮਿਹਰਬਾਨੀ, ਜਜ਼ਾਕਅੱਲਾ, ਬੜੀ ਮਿਹਰਬਾਨੀ, ਬੜਾ ਅੱਛਾ ਲੱਗਾ। ਹਾਂਜੀ, ਬੈਠੇ ਨਾ ਨਾਨ, ਬੜੀ ਮਿਹਰਬਾਨੀ, ਸ਼ੁਕਰੀਆ। ਅੱਛਾ ਮੈਨੂੰ ਇਹ ਦੱਸੋ, ਨਾਂ ਕੀ ਹੈ ਤੁਹਾਡਾ? ਅਹਿਮਦ ਅਲੀ। ਬਾਈ, ਇੱਥੇ ਮਾਸ਼ਾਅੱਲਾ ਬੜੀ ਅੱਛੀ ਰੌਣਕ ਲਾਈ ਹੈ, ਬੱਚਿਆਂ ਦੀਆਂ ਸੋਹਣੇ ਸੋਹਣੇ ਕੱਪੜੇ ਤੁਹਾਨੂੰ ਲਾਏ ਨੇ, ਬੜੀ ਅੱਛੀ ਵਰਾਇਟੀ ਹੈ ਇਹਦੇ 'ਚ। ਇਵੇਂ ਕਿ ਤੁਸੀਂ ਮੁਨਾਸਬ ਰੇਟ 'ਤੇ ਦਿੰਦੇ ਹੋ, ਜਿੰਨੇ ਦਾ ਆਉਂਦਾ ਕੋਈ ਥੋੜ੍ਹਾ ਮਾਰਜਨ ਲੈ ਕੇ ਦੇ ਰਹੇ ਹੋ ਜਾਂ ਕਿ ਬਹੁਤ ਮਾਰਜਨ ਲੈ ਕੇ ਦੇ ਰਹੇ ਹੋ? ਜਿਸ ਤਰ੍ਹਾਂ ਵੀ ਆਪ ਦੇਖ ਰਹੀ ਸੇਲ ਲੱਗੇ ਹੋਏ, ਇਹ 150 ਕਰ ਸਰ, 250 ਕਰ ਸਰ, ਠੀਕ ਸਰ, ਇਹ 180 ਕੁਛ, 200, 190, ਸਾਰਾ ਮਿਲਾ ਕੇ ਸਮਝੋ ਕਿ 40-50 ਰੁਪਏ ਮੇਂ ਬਚਤ ਹੋ ਜਾਤੀ ਹੈ। ਅੱਛਾ ਅੱਛਾ, ਕਸਟਮਰ ਹੀ ਬੜੇ ਖੁਸ਼ ਹੋ ਕੇ ਲੈ ਕੇ ਜਾਤੇ ਹੈ ਵੋ, ਇਸ ਲਈ ਕਿ ਗਰਮੀ ਕੋ ਸਮਝੋ ਕਿ ਬੱਚੇ 2 ਸੂਟ ਲੈ ਲੈਤੇ ਹੈ। ਅੱਛਾ ਅੱਛਾ, ਆਰਾਮ ਸੇ ਸਭ ਮੇਂ ਸਭ ਗੁਜ਼ਰ ਜਾਤਾ ਹੈ। ਅੱਛਾ ਅੱਛਾ ਅੱਛਾ, ਵਾਹ ਸਰ। ਅੱਛਾ, ਦੂਸਰਾ ਵੀ ਇਹ ਕਿ ਮੈਨੂੰ ਇਹ ਦੱਸੋ ਕਿ ਕੋਈ ਕੋਈ ਗਾਣਾ ਸੁਣਾ ਦੋਗੇ ਥੋੜ੍ਹਾ? 2 ਮਿੰਟ ਦਾ ਸੁਣਾ ਦਿਓ, 2 ਬੋਲ ਸੁਣਾ ਦਿਓ ਸਰ।
सुना दो की फिल्म एक आई थी सुलेमान खान की फिल्म आई थी। अच्छा और थोड़ी सी बिल्कुल इस तरह उन्हीं अल्फाज रहा हमें तुमसे है कितना प्यार हमें तुमसे है कितना प्यार ये जरा अपने सोच सुनाओ ना बस चले वैसे ही हो थोड़ी बहुत। चलो मैं एक सवाल तुम्हें करने वाला जवाब दे वो केड़ी ऐसी चीज है जो दुनिया तो बड़ी फास्ट है बहुत तेज वो टाइम ही है सर वक्त है तो फास्ट है वक्त तुम्हें ज्यादा फास्ट है वो पट्टी फसा लेंदा जी वक्त से वैसे फिर या फिर मौत ही है जी नहीं मौत से भी पहले मौत से पहले हां जी ये दो चीज वैसे बहुत अहम है या वक्त बंदे के पास नहीं है नहीं बड़ा फास्ट बहुत फास्ट जो कह दो पट्टी मैं हार गया तो पट्टी दस देगा बड़ी साहब इतना जल्दी तो वैसे पाकिस्तानी बंदा हार तो मानते नहीं चलो फिर बताए जी बताए चलो एंड तक तो कोशिश मैं कर रहा हूँ कि किसी तरह भट्टी साहब को मैं हराऊं हाँ जी नहीं तो फिर मैं खुद ही पैर गुठी में बैठ जाऊंगा दसो ना जनाब दसो ना जनाब सर तो बस नहीं सर मान नहीं चलो एक और सवाल दसना वो ऐसा कीड़ा है जिदा खुराक ही खो के चोरी करके तो ऐसी खाने हैं कीड़ा है जिदी खुराक असी चोरी करके दिखाने हैं पट्टी फसा लिया ना अच्छा जी लो जी मैं अपने चैनल पर दसागा तुसी इनू सबसक्राइब भी करना तो फिर दूसरा है कि इनू लाइक भी करना ये राजाज एंटरटेनमेंट है वो जो तुम क्लिक करोगे यूट्यूब पर पट्टी आ गया जे तो पट्टी मूँह लैके आ जाएगा तो आगे तुहाडे सवाल का जवाब दे देगा जनाब ठीक है पट्टी शुक्रिया जी हंसते रहो वसते रहो जनाब बहुत मेहरबानी थैंक यू जी अल्लाह अगले हफ्ते जी इंशाल्लाह फिर तुहाडे मुलाकात होगी। लो जी पट्टी साहब इस टाइम स्टाल ते ने बड़िया अच्छी चीज़ा बड़िया म्यारी चीज़ा लगिया दी ने ते वेख रहे हैं इस टाइम ते बड़ा चंगा लग रहा है माशाल्लाह बेहतरीन खाबागिरी और बेहतरीन काम है। अस्सलाम वालेकुम क्या हाल है ठीक है खैरियत है क्या हो रहा है अच्छा अच्छा वाह भाई वाह ये तो बड़ा खूबसूरत महल बनाया था तुम माशाल्लाह ਤੁਹਾਡਾ ਜਿਸ ਤਰ੍ਹਾਂ ਤੁਸੀਂ ਸਜਾਵਟ ਕੀਤੀ ਇਸ ਤਰ੍ਹਾਂ ਦੁਕਾਨ ਰੇਟ ਦਾ ਮਿਆਰ ਵੀ ਹੈ ਵਿੱਚ ਹੈ ਜੀ ਮੁਨਾਸਿਬ ਰੇਟ ਅੱਛਾ ਅੱਛੀ ਗੱਲ ਹੈ ਤੁਸੀਂ ਇਹਦਾ ਮਤਲਬ ਬੜੇ ਮੁਨਾਸਿਬ ਰੇਟ ਤੇ ਇਹ ਚੀਜ਼ਾਂ ਦਿੰਦੇ ਹੋ ਇਸ ਵਾਸਤੇ ਸੇਲ ਵੀ ਤੁਹਾਡੀ ਜ਼ਿਆਦਾ ਹੈ ਜੀ ਜੀ ਠੀਕ ਨਾ ਕੀ ਤੁਹਾਡਾ ਨੁਮਾਨ ਨਾ ਹੈ ਮੇਰਾ ਨੁਮਾਨ ਇਹ ਕਿੰਨੀ ਦੇਰ ਹੋ ਗਈ ਸਟਾਲ ਲਾਇਆ ਇਹ ਕੋਈ 6 ਸਾਲ ਹੋ ਗਏ 6 ਸਾਲ ਹੋ ਗਏ ਨੇ ਤੇ ਮਾਸ਼ਾਅੱਲਾ ਠੀਕ ਕੰਮ ਚੱਲ ਰਿਹਾ ਜੀ ਅਲਹਮਦੁਲਿਲਾ ਨੁਮਾਨ ਇੱਕ ਗਾਣਾ ਤੇ ਸੁਣਾ ਯਾਰ ਗਾਣਾ ਕੋਈ ਨਹੀਂ ਆਣਾ ਜੀ ਕੋਈ ਕੋਈ ਸ਼ੇਰ ਸੁਣਾ ਦੇ ਚੱਲ चल नात सुना दिल में इश्क़े नबी की हो ऐसी लगन दिल में इश्क़े नबी की हो ऐसी लगन तू तड़पती रहे दिल मचलता रहे जिंदगी का मजा है के हर सांस से जिंदगी का मजा है के हर सांस से या मोहम्मद मैं कहता रहूं सुभान मोहम्मद या मोहम्मद मेरी जुबान से निकलता रहे नूर के मोतियों की लड़ी बन गई आयतों से मिलाता रहा आयतें आयतों से मिलाता रहा आयतें फिर जो देखा तो नाते नबी सुभान अल्लाह माशाल्लाह यार तू तो बहुत लाइक बाप है नात पढ़ ली बा बड़ा आला काम कर दिता जनाब। अच्छा होर मैं ये दसो कि तुम तो मैं एक सवाल करा जवाब दोगे अच्छा मैं ये दसो वो एक ऐसा कीड़ा है जिदी अं खुराक चोरी करके खा जाने जिदी खुराक अं चोरी करके खा जाने अच्छा हार मान गए ना पट्टी को पट्टी बड़ा जहीना आदमी है तुम्हें पता है पट्टी सवाल ऐसे कर दिता फसा दिता है
अच्छा यदा मैं तुम्हें अपने चैनल पर दसागा तुम यूट्यूब पर जाना है राजाज एंटरटेनमेंट पर जाना है उत्थे अपना तुम इंटरव्यू वेखना तो सबसक्राइब भी करना लाइक भी करना है ठीक है शुक्रिया हसते रहो तो वसते रहो एक बार कह दो पट्टी आ गया जी पट्टी आ गया जी एक बार उच्ची कहो ना पट्टी आ गया जी पट्टी आ गया ये शेख साहब ने बड़ी अच्छी दुकान का इन्हों स्टाल है और दूसरा ये कि मैं थोड़े ना दो सवाल करांगा सर वो जवाब देने तुम वो केड़ा कीड़ा है जिंद अ खुराक चोरी करके खा जाने बहुत अच्छा जनाब बहुत अच्छा बड़ा आला हो गया जी अब वेखो मैं बहुत जहीन ने पहली बार वेख्या है पहली बार पूछा मैं काफ़ी स्टालों तो पूछा लेकिन किसी ने जवाब नहीं दिता ये वाह तो बंदे ने जिन्ना कहा कि ऐसा कीड़ा मैं क्या जिदी जिदा अ खुराक चोरी करने करके खाने तो इन्हें क्या शहद की मक्खी तो हकीकत भी है वे अच्छा हूँ ये दसो कि एक ऐसी चीज़ है जी बहुत फास्ट है वह कि चीज़ है नहीं वक्त तो भी ज़्यादा फास्ट है पट्टी फसा लेंदा भाई पट्टी इस टाइम आज के दौर च हर जगह दे जरूरत है पट्टी पट्टी बिल्कुल पट्टी नहीं मिलिया उन्हें कुछ भी नहीं लभिया क्या बात जनाब हसते रहो तो वसते रहो लो जी मैं ये तुहानू अपने चैनल पर दसांगा कि जिहड़ी सब तो ज़्यादा फास्ट है वो मेरे चैनल पर वेखना तुसीं राजाज एंटरटेनमेंट पर सबसक्राइब भी करना तो लाइक भी करना इनू एक बार कह दो पट्टी आ गया जी पट्टी आ गया जी मैदान च लो जी पट्टी हूँ जा रहा है इस टाइम माशाल्लाह मुख्तलिफ जगह पर चीज़ा वेखिया ने और हूँ इस टाइम इस स्टाल के उत्ते आया है तो लो चाचे और गल करने अस्सलाम वालेकुम हाजी साहब हाजी साहब क्या हाल है ठीक है अखरीत है अस्सलाम वालेकुम हाजी साहब क्या हाल है से ठीक है अखरीत है बस अल्लाह करम करम बड़ा अल्लाह का करम हाजी साहब बड़ा वरायटी दिया हुआ है माशाल्लाह बड़ा अच्छा वरायटी है अच्छा हाजी साहब को कस्टमर आता किसी के साथ नाराज भी होता कि नहीं नाराज के वो तो जो दुकानदार नहीं जो कस्टमर को नाराज करते हैं दुकानदार का काम ही नहीं दुकानदार का हौसला रखना चाहिए ना हाजी साहब एक ना मैसेज दे दो दुकानदारों के लिए अच्छे लोगों के लिए मैसेज एक दे आप मैसेज क्या दे आपको खुद पता है आजकल अल्लाह खैर के लोगों को तो ऐसा हालात है ना दुकानदार वो होता है जो गाहक आता है गाहक जो है गाहक अल्लाह का रहमत होता है बिल्कुल रहमत को बगाना चाहिए नहीं ना और जो रहमत किसी का घर आ जाए वो उसको खुश होना चाहिए बहरहाल जो है लेकिन हमारे दुकानदार के कुछ ऐसे लोग है ना वो ज्यादा गड़बड़ करता है ना बिल्कुल लेना ले नहीं लेना जाओ जाओ तरीका नहीं है प्यार मोहब्बत समझाओ शायद किसी की समझ में नहीं आता होगी भाई चलो चीज महंगा उसको नजर आता होगी भाई महंगा है ना हाँ साहब नाम क्या है आपका मेरा नाम तो है अब्दुल गफ्फार अब्दुल गफ्फार साहब अब्दुल गफ्फार साहब मैं आपसे ना एक सवाल करूंगा आप मुझे जवाब देंगे हुक्म करें अब्दुल गफ्फार साहब सवाल का ये सवाल कि एक कीड़ा है उसकी खुराक हम चोरी करके खा जाते हैं मैं भी हूँ आप भी हैं सब लोग हैं उसकी खुराक हम चोरी करके खा जाते हैं बट्टी ने फंसा लिया ना बट्टी ने सवाल किया आपको जवाब नहीं आया है ना बहरहाल अल्लाह खैर करे पिंडू लोग इतना वो तो भी नहीं नहीं, नहीं आप आपका किसी चैनल से कोई ताल्लुक है जी जी चैनल के लिए चैनल से राजाज एंटरटेनमेंट से आया था माशाल्लाह तो आप इस पेशन में मैंने बोले चलो अल्लाह खैर हमारे तरफ भी कोई पिंडू होगा कोई गांव से आया होगा मैं गांव से आया हूं ना पिंडू ना मैं पिंडू तो फिर ये इससे ताल्लुक किसी चैनल से फिर अल्लाह मैं पिंड से आया था मुझे पकड़ लिया इसने पकड़ लिया हां जी 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 किस तरह लोगों के पकड़ते अल्लाह खैर करे हाँ जी अच्छा, कोई बात नहीं जनाब अब कह दे पट्टी आ गया भाई जान बट्टी साहब आ गया अल्लाह खैर करे एक दफा फिर कह दे पट्टी आ गया आ गया जनाब हंसते रहो ते वसते रहो बहुत मेहरबानी जिंदाबाद आपके चैनल जिंदाबाद अल्लाह आप लोगों को मर्दराजी दे अल्लाह खुश रखे ये एक आवाम का खिदमत है ना अल्लाह बहुत मेहरबानी थैंक यू जजाकल्लाह बैठे आप लोगों की खिदमत करे बहुत मेहरबानी हंसते रहो वसते रहो जनाब शुक्रिया जनाब हम इधर खान साहब के साथ थे और बड़ा अच्छा लगा बड़ा बड़ा वैरायटी है इनके पास माशाल्लाह बहुत अच्छा तो लो जी हूँ मैं प्रोग्राम का वक्त ख़त्म होया तो पट्टी नूं इजाजत दियो पट्टी हूँ जाएगा अपने घर ते सारे जितने दुकानदार इन्होंने बहुत अच्छा तावन किया बड़ा मुनासिब रेट से चीज़ा बेच रहे ने यह सस्ता बाजार जिहड़ा है इत्थे असीं आए हाँ और वाकई इत्थे चीज़ा बहुत मुनासिब ने बहुत सस्तियां ने मैनू मेरे कैमरामैन मेरे साथियों इजाजत जनाब अल्लाह हाफिज़ पट्टी आ गया जी